ਜੇਕਰ ਉਹ ਚੈਂਪੀਅਨ ਕਬੂਤਰ ਦਾ ਜੋੜ ਬੰਨਦੇਗਾ ਮੇਰੇ ਹੱਥ ਦੀ ਗਿੱਠ, ਮੇਰੇ ਹੱਥ ਦੀ ਗਿੱਠ ਦਾ, ਠੀਕ ਹੈ ਨਾ। ਹੁਣ ਆਲਮ ਜਨੇ ਦੀ ਗਿੱਠ ਨਾ ਕੱਢ ਲੈਣਾ, ਕਿਉਂਕਿ ਫਿਰ ਮੈਂ ਨਹੀਂ ਉਹਨੂੰ ਮੈਚ ਕਰ ਸਕਦਾ। ਮੀਡੀਅਮ ਸਾਈਜ਼ ਦਾ, ਇਤਨੇ ਸਾਈਜ਼ ਦਾ ਕਬੂਤਰ, ਠੀਕ ਹੈ ਜੀ। ਆਪਣਾ ਮੀਡੀਅਮ ਸਾਈਜ਼ ਦਾ ਕਬੂਤਰ ਹੋਏਗਾ। ਜੇਕਰ ਜੋ ਮੈਂ ਉਹਨਾਂ ਕਬੂਤਰਾਂ ਦੇ ਵਿੱਚੋਂ ਗੱਲ ਸਿੱਖੀ ਤੁਹਾਨੂੰ ਦਿਖਾਉਣਾ ਚਾਹਾਂ, ਬੁਰੀ ਗੱਲ ਨਹੀਂ, ਬਿਲਕੁਲ ਵੀ ਬੁਰੀ ਗੱਲ ਨਹੀਂ, ਬਲਕਿ ਸਾਡੇ ਫਾਇਦੇ ਦੀ ਗੱਲ ਹੈ। ਤੁਸੀਂ ਸਾਡਾ ਫਾਇਦਾ ਕਰ ਰਹੇ ਹੋ, ਠੀਕ ਹੈ ਜੀ, ਖਿਦਮਤ ਖਲਕ ਕਰ ਰਹੇ ਹੋ, ਠੀਕ ਹੈ ਜੀ। ਹੁਣ ਜੋ ਤੇ ਇਸ ਗੱਲ ਨੂੰ ਸਮਝਦੇ ਨੇ ਉਹ ਕਹਿੰਦੇ ਨੇ ਕਿ ਬਾਬਾ ਜੀ ਨੇ ਨਾ ਪੁੱਲ ਸੁੱਟੇ ਨੇ, ਸਹੀ ਗੱਲ, ਠੀਕ ਹੈ ਨਾ। ਤੇ ਜਿਹੜੇ ਮੁਨਕਰ ਹੈਗੇ ਨੇ, ਜਿਹੜੇ ਨਹੀਂ ਸਮਝਣ ਵਾਲੇ, ਠੀਕ ਹੈ, ਉਹਨਾਂ ਨੇ ਤਾਂ ਕਿਆਮਤ ਤੱਕ ਨਹੀਂ ਕਿਸੇ ਨੂੰ ਵੀ ਮੰਨਣਾ, ਉਹ ਕਿਸੇ ਨੂੰ ਵੀ ਨਹੀਂ ਫਿਰ ਮੰਨਦੇ। ਉਹਨਾਂ ਨੇ ਕਿਉਂ ਆਪਣੀ ਦੁਕਾਨਦਾਰੀ ਚਲਾਣੀ ਹੈ, ਭਾਵੇਂ ਨੇ ਜਾ ਕੇ ਦੇਖੋ ਤੁਸੀਂ ਕਬੂਤਰ ਵੇਚਣ ਵਾਲਾ ਤਾਂ ਨਹੀਂ ਗਾ, ਕਬੂਤਰ ਵੇਚਣ ਵਾਲੇ ਨਿਕਲੇਗਾ, ਕਬੂਤਰ ਵੇਚਣ ਵਾਲਾ ਨਿਕਲੇਗਾ, ਤਾਂ ਨੁਕਸੇ ਵੇਚਣ ਵਾਲਾ ਨਿਕਲੇਗਾ, ਕਿਤੇ ਨਾ ਕਿਤੇ ਤਰੀਕੇ ਨਾਲ ਠੱਗੀ ਲਗਾਉਣ ਵਾਲੇ ਨਿਕਲੇਗਾ। ਸਹੀ ਗੱਲ, ਮੈਂ ਤੁਹਾਡੇ ਸਾਹਮਣੇ ਕੱਲ ਤੋਂ ਕਿੰਨੇ ਕਬੂਤਰ, ਤਕਰੀਬਨ 100 ਕਬੂਤਰ ਤੁਹਾਡੇ ਸਾਹਮਣੇ ਗਿਆ ਸ਼ਗਿਰਦਾਂ ਨੂੰ, ਸਹੀ ਗੱਲ, ਕਿੰਨੇ ਕੁ ਸ਼ਗਿਰਦਾਂ ਨੇ ਪੈਸੇ ਦਿੱਤੇ ਕਿ ਉਹ ਨਜ਼ਰ ਆਇਆ ਹੋਇਆ ਕੋਈ ਕਿਸੇ ਨੇ, ਠੀਕ ਹੈ, ਇਹਦੇ ਗੱਲ ਤੇ ਹਲਫ ਦੋਗੇ? ਹਾਂ ਦਵਾਂਗੇ। ਕੋਈ ਐਸਾ ਬੰਦਾ ਤੁਸੀਂ ਦੇਖਿਆ ਹੋਏ ਕਿ ਜੀ ਇਹ ਗਰੀਬ ਹੈ, ਖੁੱਡੇ ਚ ਨਹੀਂ ਵੜ ਸਕਦਾ? ਕੋਈ ਇੱਕ ਬੰਦਾ ਨਾ, ਮੈਂ ਵੇਚਦਾ ਨਾ, ਮੈਂ ਛੱਤ ਤੇ ਚੜ੍ਹ ਕੇ ਉਡਾਉਂਦਾ, ਅੱਲਾ ਦੇ ਬੰਦੇ ਹੋ, ਸਮਝੋ ਤੇ ਸਹੀ ਲੋਜਿਕ ਨੂੰ। ਔਰ ਇੱਕ ਹੋਰ ਬੜੀ ਚੀਜ਼ ਹੈ, ਜਿੰਨੇ ਬੰਦੇ ਆਏ ਨੇ ਖਵਾ, ਅਮੀਰ ਨੇ ਗਰੀਬ ਨੇ, ਇੱਕੋ ਜਗ੍ਹਾ ਤੇ ਬੈਠੇ ਨੇ, ਬਾਬਾ ਜੀ ਨੇ ਕਿਹਾ ਇੱਥੇ ਬਹਿ ਜਾ, ਉੱਥੇ ਸਾਰੇ ਇਕੱਠੇ ਬਹਿ ਗਏ। ਅੱਛਾ ਮੈਨੂੰ ਇਹ ਗੱਲ ਦੱਸੋ, ਅੱਲਾ ਤਾਲਾ ਨੇ ਫਰਕ ਕੀਤਾ ਇਨਸਾਨ ਦੇ ਵਿੱਚ? ਨਹੀਂ, ਜਿਹਦੇ ਅਸੀਂ ਮੰਨਣ ਵਾਲੇ ਆ ਰੱਬ ਦੇ, ਉਹਨੇ ਨਹੀਂ ਕੀਤਾ। ਬਾਦਸ਼ਾਹ ਤੇ ਫਕੀਰ ਇੱਕੋ ਹੀ ਸਾਫ ਚ ਬੈਠੇ ਨੇ, ਬਾਦਸ਼ਾਹ ਦੀ ਹੈਸੀਅਤ ਹੈਗੀ ਉਹਨੂੰ ਫਕੀਰ ਨੂੰ ਉਠਾਏਗੀ ਕਿ ਚੱਲ ਤੂੰ ਪਿੱਛੇ ਜਾ? ਨਹੀਂ, ਉਹਦੇ ਨਾਲ ਹੀ ਖਲੋਏਗਾ ਨਾ, ਉੱਥੇ ਨਮਾਜ਼ ਪੜੇਗਾ ਉੱਥੇ ਬੰਦੇ, ਤੇ ਮੇਰੇ ਵੀ ਫਕੀਰ ਗਰੀਬੀ ਵਾਲਾ ਤੇ ਸਾਡਾ ਦੀਨ ਨਹੀਂ ਫਰਕ ਕਰਦਾ, ਤੇ ਬੰਦੇ ਕੋਲ ਉਹਨਾਂ ਦੀ ਔਕਾਤ ਕੀ? ਉਹ ਕਮ ਜ਼ਰਫ ਲੋਕ ਹੈਗੇ ਨੇ, ਉਹ ਕਮ ਜ਼ਰਫ ਨੇ, ਕਮ ਜ਼ਰਫ ਲੋਕ ਹੈਗੇ ਨੇ ਜਿਹੜੇ ਇਹੋ ਜਿਹੀ ਹਰਕਤ ਕਰਦੇ ਨੇ, ਅਮੀਰ ਗਰੀਬ ਦਾ ਫਰਕ ਕਰਦੇ ਹੈਗੇ ਨੇ। ਵਾਹ ਵਾਹ, ਮੇਰੇ ਨਜ਼ਦੀਕ ਤੇ ਕਮ ਜ਼ਰਫ ਹੈਗੇ ਨੇ, ਮੈਨੂੰ ਨਹੀਂ ਪਤਾ ਹੁਣ ਉਹ ਕੀ ਨੇ। ਅੱਛਾ ਉਸਤਾਦ ਜੀ, ਮੈਂ ਇੱਕ ਸਵਾਲ ਕਰਨਾ ਚਾਹਾਂਗਾ ਕਿ ਬਹੁਤ ਸਾਰੇ ਉਸਤਾਦਾਂ ਇਕਰਾਮ ਹੈਗੇ ਨੇ ਸਾਡੇ, ਮਾਸ਼ਾਅੱਲਾ, ਬਹੁਤ ਬਹੁਤ ਕਾਬਲ ਉਸਤਾਦ ਹੈਗੇ ਨੇ, ਇਹ ਇਹ ਦੱਸਦੇ ਕਿਉਂ ਨਹੀਂ ਹੈਗੇ? ਮਤਲਬ ਕਿ ਕਿਉਂ ਇਸ ਤਰ੍ਹਾਂ ਪਤਾ ਨਹੀਂ ਹੁੰਦਾ, ਜਾਂ ਕੀ ਇਹਦਾ ਕੀ ਮਤਲਬ ਕਿ ਉਹ ਦੱਸਣਾ ਨਹੀਂ ਚਾਹ ਰਹੇ ਹੁੰਦੇ, ਜਾਂ ਮਤਲਬ ਕਿ ਸ਼ਾਗਿਰਦਾਂ 'ਚ ਕੋਈ ਆ ਮਸਲਾ ਹੁੰਦਾ ਕੋਈ? ਮੇਰੀ ਜਾਨ, ਨੋ ਕਮੈਂਟਸ, ਇਸ ਗੱਲ 'ਤੇ ਨੋ ਕਮੈਂਟਸ, ਕਿਉਂ? ਮੈਂ ਕੋਈ ਵੀ ਗੱਲ ਕਰਨਾ ਨਾ, ਮੇਰੀ ਗੱਲ ਸਭ ਤੋਂ ਪਹਿਲਾਂ ਉਹਨਾਂ ਨੂੰ ਚੁੱਭਦੀ ਜੀ ਜੀ। ਮੈਂ ਤਾਂ ਸਿਰਫ ਇਹ ਕਹਾਂਗਾ ਕਿ ਉਸਤਾਦ ਨਹੀਂ ਹੋਣਗੇ, ਦੁਕਾਨਦਾਰ ਹੋਣਗੇ, ਉਸਤਾਦ ਨਹੀਂ ਹੋਣਗੇ, ਨਹੀਂ ਹੋਣਗੇ। ਕਦੇ ਤੁਸੀਂ ਸਕੂਲ ਗਏ ਹੋ ਤੇ ਤੁਹਾਨੂੰ ਟੀਚਰ ਨੂੰ ਤੁਸੀਂ ਸਵਾਲ ਪੁੱਛਿਆ ਤੇ ਉਹਨੇ ਤੁਹਾਨੂੰ ਜਵਾਬ ਨਾ ਦਿੱਤਾ ਹੋਏ? ਦਿੰਦੇ ਨੇ ਸਵਾਲ ਜਵਾਬ, ਜਵਾਬ ਟੀਚਰ ਹੈਗਾ? ਹਾਂ ਜੀ ਟੀਚਰ, ਉਹ ਉਸਤਾਦ ਹੈ, ਠੀਕ ਹੈ। ਕੋਈ ਵੀ ਤੁਸੀਂ ਫਨ ਸਿੱਖਦੇ ਹੋ, ਤੁਹਾਡਾ ਉਸਤਾਦ ਤੁਹਾਨੂੰ ਉਹ ਫਨ ਸਿਖਾਉਂਦਾ, ਸਿਖਾਉਂਦੀ, ਠੀਕ ਹੈ ਨਾ? ਹਾਂ ਜੀ, ਇਹਦੇ ਵਿੱਚ ਜ਼ਿਆਦਾ ਦੁਕਾਨਦਾਰੀ ਹੈ, ਦੁਕਾਨਦਾਰੀ ਦੀ ਵਜ੍ਹਾ ਤੋਂ ਜਿਹੜਾ ਨਾ ਫਿਰ ਉਹ ਮਤਲਬ ਕਿ ਉਹ ਆਪਣੇ ਭਾਈ ਤੈਨੂੰ ਦੱਸ ਦਿੱਤਾ ਕਿ ਜੋੜ ਬੰਦ ਵਾਲਾ ਚੰਗਾ ਹੈ, ਇੱਕ ਗਿੱਠ ਵਾਲਾ ਚੰਗਾ ਹੈਗਾ, ਹੱਡੀ ਜੋੜ ਦੇ ਵਿੱਚ ਇੱਕ ਉਂਗਲ ਵਾਲਾ ਚੰਗਾ ਹੈ, ਜੋੜ ਬੰਦ ਵਾਲਾ ਚੰਗਾ ਹੈ, ਜੋੜ ਛੱਤ ਵਾਲਾ ਚੰਗਾ ਹੈ, ਹੱਡੀ ਜਿਹੜੀ ਇਹ ਬੁਲਾਈ ਵਾਲਾ ਚੰਗਾ ਹੈਗਾ, ਠੀਕ ਹੈ ਜੀ, ਜਾਂ ਕਿਸ਼ਤੀ ਹੱਡੀ ਦਾ ਕਬੂਤਰ ਚੰਗਾ, ਜਾਂ ਸਿੱਧੀ ਹੱਡੀ ਹੱਡੀ ਜੋੜ ਦੇ ਫਾਸਲੇ ਘੱਟ ਵਾਲਾ ਕਬੂਤਰ ਚੰਗਾ, ਰਹਿਣ ਦੇ ਨਾ ਦੇ ਉੱਥੇ, ਨੌਵਾਂ ਦਸਵਾਂ ਬਰਾਬਰ ਵਾਲਾ ਦਾ ਸਟਾਈਲ ਹੈ ਜੀ, ਦਸਵੇਂ ਅੰਦਰ ਵਾਲਾ ਚੰਗਾ ਹੈ, ਜਾਂ ਆਪਣਾ ਦਸਵਾਂ ਥੋੜ੍ਹਾ ਜਿਹਾ ਅੰਦਰ, ਨੌਵਾਂ ਅੱਠਵਾਂ ਉੱਚਾ ਹੋਵੇ, ਇਸ ਸਟਾਈਲ ਦਾ ਚੰਗਾ ਹੈ। ਤੇ ਸਾਰੀਆਂ ਗੱਲਾਂ ਜੇ ਤੈਨੂੰ ਦੱਸ ਦਿੱਤੀਆਂ, ਤੂੰ ਖੁੱਲੇ ਜੋੜਾ ਵਾਲਾ ਲੈਣ ਲੱਗਾ? ਨਹੀਂ ਨਹੀਂ, ਮੈਂ ਖੁੱਲੇ ਤੋਂ ਲੈਣ ਲੱਗਾ? ਨਹੀਂ, ਤੇ ਉਹ ਅਸੀਂ ਕਿੱਥੇ ਲੈ ਕੇ ਜਾਣੇ ਨੇ? ਉਹ ਤੁਹਾਨੂੰ ਹੀ ਮੰਨਣੇ ਨੇ, ਤੁਹਾਨੂੰ ਹੀ ਮੰਨਣੇ ਨੇ ਕਿ ਜੀ ਇਹ ਬਲੱਡ ਬੜਾ ਚੰਗਾ ਹੈ, ਤੇ ਇਹ ਫਲਾਨਾ ਹੈ, ਤੇ ਇਹ ਲਾਨਾ ਹੈ, ਠੀਕ ਹੈ ਨਾ ਜੀ, ਤਜਰਬਾ ਕਰ ਲਓ। ਮੇਰੀ ਸਾਰੀ ਗੱਲਾਂ ਹੈਗੀਆਂ ਨੇ ਤਜਰਬੇ ਵਾਲੀਆਂ, ਤਜਰਬਾ ਕਰੋ। ਇੱਕੋ ਜਿਹੜਾ ਦੋ ਬੱਚੇ ਨਿਕਲੇ ਨੇ, ਖੁੱਲੇ ਜੋੜਾ ਲੈ ਕੇ ਬੰਦ ਵਾਲਾ ਉਡਾ ਕੇ ਚੈੱਕ ਕਰ ਲਓ, ਖੁੱਲੇ ਵਾਲਾ ਵੀ ਘਰ ਆਇਆ, ਬੰਦ ਵਾਲਾ ਵੀ ਆਇਆ, ਬੰਦ ਵਾਲਾ ਛੇਤੀ ਸੈੱਟ ਹੋ ਗਿਆ, ਖੁੱਲੇ ਵਾਲਾ ਲੰਮਾ ਪੈ ਗਿਆ। ਠੀਕ ਹੋ ਗਿਆ ਸਰ ਜੀ, ਮਾਸ਼ਾਅੱਲਾ, ਬੜੀ ਅੱਛੀ ਗੁਫ਼ਤਗੂ ਹੋ ਰਹੀ ਹੈ। ਖੁੱਲੇ ਵਾਲਾ ਭੱਜ ਗਿਆ, ਬੰਦ ਵਾਲਾ ਆ ਗਿਆ, ਚੈੱਕ ਕਰ ਲਓ, ਚੈੱਕ ਕਰ। ਸਹੀ ਗੱਲ ਹੈ, ਜੇ ਤੇ ਮੈਂ ਗਲਤ ਕਰਦੇ ਗਲਤ ਕਹਿ ਦਿਓ। ਜਿੱਥੋਂ ਵੀ ਮੈਂ ਕਬੂਤਰ ਲਿਆ, ਕਿਹੜੀ ਵੀ ਨਸਲ ਦਾ ਕਬੂਤਰ ਲਿਆ, ਠੀਕ ਹੈ ਨਾ ਜੀ, ਕਿਹੜੀ ਵੀ ਨਸਲ ਦਾ ਕਬੂਤਰ ਲਿਆ, ਉਹ ਉਸੇ ਸਾਈਜ਼ ਦਾ, ਉਸੇ ਸਟਰਕਚਰ ਦਾ, ਸਟਰਕਚਰ ਲਫ਼ਜ਼ ਸਭ ਤੋਂ ਪਹਿਲਾਂ ਮੈਂ ਇਸਤੇਮਾਲ ਕੀਤਾ ਸੀ,
ਠੀਕ ਹੈ ਨਾ। ਅੱਜ ਮਾਸ਼ਾਅੱਲਾ ਬਹੁਤ ਸਾਰੀ ਦੁਨੀਆ ਸਟ੍ਰਕਚਰ ਦਾ ਲਫ਼ਜ਼ ਇਸਤੇਮਾਲ ਕਰਦੀ ਤੇ ਖੁਸ਼ੀ ਹੁੰਦੀ ਹੈ ਦਿਲ ਦੇ ਵਿੱਚ। ਸਹੀ ਗੱਲ ਹੈ ਯਾਰ, ਚਲੋ ਕੋਈ ਰਾਹ ਦੇ ਪਏ। ਜਦੋਂ ਅਸੀਂ ਕਬੂਤਰਬਾਜ਼ੀ ਲੋਕਾਂ ਕੋਲੋਂ ਕਬੂਤਰ ਲੈਣ ਦੇਣ ਕਰ ਰਹੇ ਸੀ, ਉਦੋਂ ਲੋਕ ਆਪਣਾ ਸਾਨੂੰ ਸਵਾਏ ਗੁੰਮਰਾਹ ਕਰਨ ਦੇ ਹੋਰ ਕੁਝ ਨਹੀਂ ਸੀ ਕਰ ਰਹੇ, ਰੰਗਾਂ ਦੀ ਕਬੂਤਰਬਾਜ਼ੀ ਅਸੀਂ ਕਰ ਰਹੇ ਸੀ। ਠੀਕ ਹੈ, ਤੁਸੀਂ ਆਪਣੀ ਇਨੀਸ਼ੀਅਲ ਸਟੇਜ ਦੱਸ ਰਹੇ। ਹਾਂਜੀ, ਕਈ ਕਰੋੜ ਖੁਆਏ ਇਸ ਕੰਮ 'ਚ, ਉਦੋਂ ਕਈ ਕਰੋੜ। ਇਹ ਹੁੰਦੇ ਵਾਲਾ ਲੈ ਲਓ, 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 ਠੀਕ ਹੈ ਨਾ ਜੀ। ਚੈਂਪੀਅਨ ਦਾ ਕੋਈ ਵੀ ਨਹੀਂ ਸੀ ਗੱਲ ਕਰਦਾ ਕਿ ਚੈਂਪੀਅਨ ਲੈ ਲਓ, ਚੈਂਪੀਅਨ ਲੈ ਲਓ। ਜਦੋਂ ਇਹਨਾਂ ਗੱਲਾਂ ਦੇ ਵਿੱਚੋਂ ਨਿਕਲੇ, ਠੀਕ ਹੈ ਜੀ, ਫਿਰ ਜਿਹੜਾ ਕਬੂਤਰ ਉੱਡਿਆ, ਕੋਸ਼ਿਸ਼ ਕੀਤੀ ਉਹਦੇ ਮਾਂ ਬਾਪ ਨੂੰ ਦੇਖੀਏ, ਅਗਰ ਉਹ ਬੰਦਾ ਵੇਚਦਾ ਹੈ, ਵਸਾਇਲ ਹੈ ਨੇ, ਕੋਸ਼ਿਸ਼ ਕੀਤੀ ਹੈ ਕਿ ਜੇਕਰ ਹੋਰ ਵੀ ਤਾਂ ਪਰਿੰਦਾ ਲੈਣਾ ਹੈ ਹੀ ਲੈ ਲਈਏ। ਹੁਣ 10,000 ਛੱਤ ਉੱਡੀ ਹੈ ਜਾਂ 50,000 ਛੱਤ ਉੱਡੀ ਹੈ, ਉਹਦੇ ਵਿੱਚ ਜਿਹੜਾ ਚੈਂਪੀਅਨ ਹੋਇਆ ਆਖਿਰ, ਬਾਕੀ ਵੀ ਤਾਂ ਕਬੂਤਰ ਹੀ ਹੈ ਨਾ, ਬਾਕੀ ਕੁਕੜੀਆਂ ਤਾਂ ਨਹੀਂ ਉੱਡੀਆਂ ਉਹਦੇ ਨਾਲ। ਸਹੀ ਗੱਲ, ਉਹਦੇ 'ਚ ਐਸਾ ਕੀ ਸੀ ਕਿ ਉਹ ਹੀ ਚੈਂਪੀਅਨ ਬਣਿਆ? ਉਹ ਚੈਂਪੀਅਨ ਬਣਿਆ, ਠੀਕ ਹੈ ਨਾ ਜੀ। ਚੈਂਪੀਅਨ ਲੈਣ ਸ਼ੁਰੂ ਕੀਤੇ ਤੇ ਜਿਹੜੀਆਂ ਉਹਨਾਂ ਦੇ ਵਿੱਚ ਗੱਲਾਂ ਆਈਆਂ ਨੇ ਉਹ ਮੈਂ ਤੁਹਾਨੂੰ ਦੱਸ ਦਿੱਤੀਆਂ। ਵਾਹ ਜੀ ਵਾਹ, ਮਾਸ਼ਾਅੱਲਾ ਜੀ, ਕਿਆ ਬਾਤ। ਮੈਂ ਤਾਂ ਨਹੀਂ ਕਿਸੇ ਨੂੰ ਕਿਹਾ ਕਿ ਤੂੰ 2,00,000 ਰੁਪਏ ਦਾ ਕਬੂਤਰ ਲੈ, 10,00,000 ਦਾ ਕਬੂਤਰ ਲੈ, 50,00,000 ਦਾ ਕਬੂਤਰ ਲੈ। ਮੈਂ ਤਾਂ ਕਿਹਾ ਤੂੰ 200 ਰੁਪਏ ਦਾ ਕਬੂਤਰ ਲੈ। ਅੱਛਾ ਜੀ, ਹੁਣ ਉਹ ਹੀ ਕੁਆਲਿਟੀ ਵਾਲਾ ਲੈ ਜਿਹੜਾ ਚੈਂਪੀਅਨ, ਆਪਣੀ ਸਤਾਰ ਦੇ ਮੁਤਾਬਕ ਦੂਸਰੇ ਹਿਸਾਬ ਦਾ ਲੈ। ਤੂੰ ਜੇ 10,000 ਰੁਪਏ ਜਾ ਕੇ ਵਾਲਿਆ ਦਾ ਲੈ ਕੇ ਆ ਰਿਹਾ, ਐਡੀ ਉਹਦੀ ਕੈਂਚੀ ਖੁੱਲੀ ਹੈ, ਐਡੀ ਉਹਦੀ ਦੁੰਮ ਖੁੱਲੀ ਹੈ, ਠੀਕ ਹੈ ਜੀ, ਰੰਗ ਦੇ ਉੱਤੇ, ਸ਼ਕਲ ਦੇ ਉੱਤੇ ਕਬੂਤਰ ਲੈ ਕੇ ਆ ਰਿਹਾ, ਸ਼ਕਲ ਜਾਂ ਰੰਗ ਦੇ ਉੱਤੇ ਕਬੂਤਰ ਲੈ ਕੇ ਆ ਰਿਹਾ, ਠੀਕ ਹੈ ਨਾ, ਕਿਉਂ ਲੈ ਕੇ ਆਉਂਦਾ ਪਿਆ? ਜਾ 200 ਰੁਪਏ ਦਾ ਕਬੂਤਰ ਲੈ ਮਾਰਕੀਟੋਂ ਆਪਣੇ ਆਪ ਨੂੰ ਦਿਮਾ, ਅਗਰ ਤੂੰ ਇਤਨੀ ਸਤਾਤ ਨਹੀਂ ਰੱਖਦਾ ਤੇ ਤੂੰ 10,000 ਦਾ ਵੀ ਨਾ ਮੇਰਾ ਭਰਾ, 10,000 ਵਾਲਾ ਵੀ ਨਾ ਲੈ, ਤੂੰ 200 ਵਾਲਾ ਲੈ। 200 ਵਾਲਾ ਲੈ, ਸਹੀ ਗੱਲ ਹੈ, ਜਾ ਕੇ ਦੇਖ ਜੋੜ ਬੰਨਦੇ, ਹੱਡੀ ਜੋੜ ਦਾ ਫਾਸਲਾ ਘੱਟ ਹੈ, ਦੁੰਮ ਛੋਟੀ ਹੈ, ਲਿਆ ਬੰਨ ਉਹਨਾਂ ਦੇ ਪਾਰ, ਉਡਾ ਕੇ ਚੈੱਕ ਕਰ ਲੈ, ਬਹੁਤ ਚੰਗਾ ਹੈਗਾ, ਫੜਕ ਨੂੰ ਜੋੜੇ ਲਾ ਲੈ, ਉਡਾਏਗਾ ਬੱਚੇ ਵੀ, ਉਸ ਤਰ੍ਹਾਂ ਦਾ ਨਰ ਫੜ ਲੈ, ਉਸ ਤਰ੍ਹਾਂ ਦੀ ਮਾਦੀ ਫੜ ਲੈ, ਲਾ ਦੇ ਖਾਨੇ ਦੇ ਵਿੱਚ, ਪਾ ਦੇ, ਇੱਕ ਜੇ ਫੇਲ ਹੋਏਗਾ, 2 ਜੇ ਫੇਲ ਹੋਏਗਾ, 3 ਜੇ ਫੇਲ ਹੋਏਗਾ, ਪਾਸ ਹੋ ਜਾਏਗਾ। ਸਹੀ ਗੱਲ ਹੈ, 1,00,000 ਰੁਪਏ ਦਾ ਵਾਲਾ ਲੈ ਕੇ ਆਉਂਦੇ ਤਾਂ ਉਹਦੀ ਮਰਜ਼ੀ ਵਾਲਾ, ਉਹਨੂੰ ਜਾ ਕੇ ਕਹਿ ਰਹੇ ਤੇ ਭਾਜੀ ਸਾਨੂੰ ਚੰਗਾ ਜੋੜਾ ਦੇ ਦਿਓ। ਸਹੀ ਗੱਲ, ਚੰਗਾ ਜੋੜਾ, ਤੁਸੀਂ ਜਾਓ ਸਬਜ਼ੀ ਵਾਲੀ ਦੁਕਾਨ ਤੇ, ਕਦੇ ਉਹਨੂੰ ਕਿਹਾ ਕਿ ਤੂੰ ਸਬਜ਼ੀ ਪਾ ਦੇ, ਕਦੇ ਕਿਹਾ ਆਪੋ ਪਾ ਰਹੇ ਹੁੰਦੀ, ਜੇਕਰ ਉਹਨੇ ਵਿੱਚ ਕੋਈ ਦਾਗੀ ਸਬਜ਼ੀ ਪਾ, ਠੀਕ ਹੈ ਜੀ, ਥੋੜਾ ਦਿਓ ਨਾ, ਕੱਪੜੇ ਲੈਣ ਜਾਂਦੇ ਹੋ ਤੇ ਚੈੱਕ ਕਰ ਦਿਓ, ਕੋਈ ਦਾਗ ਵਾਲਾ ਪਾਟਿਆ ਕੱਪੜਾ ਕੋਈ ਲੈ ਕੇ ਆਉਂਦੀ ਸੁਰਾਖ ਵਾਲਾ, ਗੋਸ਼ਤ ਕੋਲ, ਗੋਸ਼ਤ ਵਾਲੇ ਕੋਲ ਵੀ ਜਾਂਦੇ ਹੋ, ਬਾਕੀ ਚਰਬੀ ਹੈ ਛਿੱਚੜੇ ਸਾਫ਼ ਕਰ ਦਿਓ, ਠੀਕ ਹੈ, ਕਬੂਤਰ ਦੀ ਵਾਰੀ ਆ ਕੇ ਤੁਹਾਨੂੰ ਦੌਰਾ ਪੈ ਜਾਂਦਾ, ਅੰਨੇ ਉੱਥੇ ਇਲਮ ਨਹੀਂ ਸਿੱਖਦੇ, ਇਲਮ ਨਹੀਂ ਸਿੱਖਦੇ, ਅੰਨੇ ਬਾਹਰ ਚਲੇ ਜਾਂਦੇ ਹੋ, ਮੇਰੀ ਤਰ੍ਹਾਂ ਮੇਰੀ ਜਿਹੜੀ ਸਟਾਰਟ ਕਬੂਤਰਬਾਜ਼ੀ ਰੰਗਾਂ ਵਾਲੀ ਕਬੂਤਰਬਾਜ਼ੀ, ਫਿਰ ਮੈਂ ਰੰਗਾਂ ਤੋਂ ਜਦੋਂ ਨਿਕਲੇ ਆ ਮੈਂ ਆਪਣੀ ਕਬੂਤਰਬਾਜ਼ੀ ਬਣਾਈ, ਮੇਰੇ ਤੁਸੀਂ ਬਾਹਰ ਦੇਖ ਲਓ, ਤਕਰੀਬਨ 70% ਜਿਹੜੇ ਵਾਲੇ ਵਾਲੇ ਇੱਕ ਨਾਲ ਰਲਣਗੇ ਮੇਰੇ ਆਪਣੇ ਵਾਲੇ, ਤੁਹਾਡੇ ਮੇਕਿੰਗ ਹੋਈ, ਮੇਰੀ ਆਪਣੀ ਮੇਕਿੰਗ, ਠੀਕ ਹੈ ਜੀ, ਹੋਣਗੇ ਲੋਕਾਂ ਕੋਲ ਬਹੁਤ ਬਹੁਤ ਚੰਗੇ ਹੈਗੇ, ਠੀਕ ਹੈ ਜੀ, ਮੈਂ ਆਪਣੇ ਬਣਾਏ ਨੇ, ਮੈਂ ਉੱਡਣ ਵਾਲੇ ਬਣਾਏ ਨੇ, ਜਿਹੜੇ ਉੱਡਦੇ ਨੇ ਉਹਨਾਂ ਨੂੰ ਮੇਕ ਕੀਤਾ, ਅੱਗੋਂ ਜਿੱਥੇ ਜਿੱਥੇ ਉਹਨਾਂ ਨੂੰ ਛੱਡਿਆ ਉਹਨਾਂ ਨੇ ਉੱਥੇ ਤੇ ਕੰਮ ਕੀਤਾ। ਕਿਆ ਬਾਤ ਚਪਸਾ ਜੀ, ਮਾਸ਼ਾਅੱਲਾ, ਕਾਫੀ ਦੋਸਤਾਂ ਮਤਲਬ ਕਿ ਕਾਫੀ ਵੀਡੀਓ ਦੇ ਵਿੱਚ ਤੁਹਾਡਾ ਦੇਖਿਆ ਜ਼ਿਕਰ, ਮਤਲਬ ਤੁਸੀਂ ਦੱਸ ਰਹੇ ਹੁੰਦੇ ਹੋ ਕਬੂਤਰ, ਅਸੀਂ ਅਰਬਾਜ਼ ਬਾਈ ਅਤੇ ਮੈਂ ਇਹ ਚੀਜ਼ ਚਾਹੁੰਦੇ ਹਾਂ ਕਿ ਤੁਸੀਂ ਸਾਡੀ ਵੀਡੀਓ ਦੇ ਵਿੱਚ ਵੀ ਇਹ ਚੀਜ਼ ਦੱਸੋ, ਉਹ ਪੁਆਇੰਟ ਦੱਸੋ ਜਿੱਥੋਂ ਲੋਕਾਂ ਨੂੰ ਸਿੱਖਣ ਵਾਸਤੇ ਮਿਲੇ, ਜਿੱਥੋਂ ਲੋਕਾਂ ਨੂੰ ਪਤਾ ਚੱਲੇ ਕਿ ਕਿਸ ਤਰ੍ਹਾਂ ਦਾ ਕਬੂਤਰ ਹੋਣਾ ਚਾਹੀਦਾ ਜਿਹੜਾ ਹੋਣ ਨਹੀਂ ਗੱਲ ਨਾ, ਠੀਕ ਹੈ ਸਾਹ ਜੀ, ਸਾਨੂੰ ਲਾਸਟ 'ਚ ਇੱਕ ਪੈਗਾਮ ਦੇ ਦਿਓ ਮਿੱਠਾ ਜਿਹਾ, ਤੁਹਾਡੇ ਤੋਂ ਫਿਰ ਇਜਾਜ਼ਤ ਲਈਏ। ਦੇਖੋ ਦੋਸਤੋ, ਅਗਰ ਤੁਸੀਂ ਪਰਿੰਦੇ ਰੱਖੇ ਨੇ ਆਪਣੇ ਘਰ, ਅਗਰ ਤੁਸੀਂ ਆਪਣੇ ਪਰਿੰਦੇ ਰੱਖੇ ਨੇ, ਮੈਂ ਤੁਹਾਨੂੰ ਬਰਾਦਰਾਨਾ ਮਸ਼ਵਰਾ ਦੇਵਾਂਗਾ, ਉਹਨਾਂ ਕੋਲੋਂ ਸਿੱਖੋ, ਉਡਾਇਆ ਕੋਈ ਪਰਿੰਦਾ, ਤੁਸੀਂ ਅਗਰ ਨਹੀਂ ਉਡਾਉਂਦੇ, ਬ੍ਰੀਡਿੰਗ ਕਰਦੇ, ਤੁਹਾਡਾ ਕੋਈ ਦੋਸਤ ਜਾਂ ਬਾਪ ਉਡਾਉਂਦਾ, ਹੁਣ ਤਾਂ ਜਿਹੜਾ ਸਭ ਤੋਂ ਜ਼ਿਆਦਾ ਉਡਿਆ ਕਬੂਤਰ ਜਾ ਕੇ ਉਹਨੂੰ ਦੇਖੋ, ਸਹੀ ਗੱਲ, ਉਹਦੇ ਵਿੱਚ ਕੀ ਪੁਆਇੰਟ ਤੁਹਾਨੂੰ ਮਿਲਦੇ ਨੇ। ਮੈਂ ਉਹ ਬੰਦਾ ਹੈਗਾ ਜਿਹੜਾ
सब तो पहले जिन्हें शोर मचाया इलाके वाइज कबूतर ने, क्योंकि असं लाहौर के कबूतर देखने होर ने, लाहौरों बहर जाने उत्थे कबूतर होर ने, क्योंकि हर जगह के उत्ते सेम मौसम नहीं गा, मौसम के मुताबिक परिंदे बनते ने, फिर उन्होंने उड़ाया भी उस तरीके जाता है। तो कोशिश ये करो कि मौसम के मुताबिक, कई कबूतरबाज इस गल से भी तकरार पा लेंगे ने कि असी लाहौरों कबूतर लाया गया तो बड़े शाम शक होते, लाहौर जो उस्ताद ने जोड़े लगाए थे उस तरह के लग गए, हर जगह के उत्ते हर कबूतर परफॉर्म नहीं करे, चांदी कबूतर गोड गिफ्टेड कबूतर होंगे ने जो हर जगह परफॉर्म कर जाते हैं वो चांदी को, लेकिन जीतेगा वो जिन्हें वोट ज्यादा पैणगे। हर इलाके का एक अपना पर हों, अपना सिस्टम हों, अपना जिसम हों कबूतर का, उही जीतता है उही होता है। वाह क्या बात, कबूतरबाज भरावान लिए भी कोई एक पैगाम दवो। पैगाम यही है कि यार जड़ा गया फजूल गलों के पिछे ना पो, ठीक है, सीधी कबूतरबाजी करो कि जी थोड़े को जी बाबे सिकंदर वाले होबूतरबाजी हो गई या फलाने वाले हो गए या फलाने वाले हो गए तो कबूतरबाजी जो उन्होंने कबूतर चंगे गए, तो जे कर तुम जे घर रखे ने चंगे नहीं गए पहले उन्होंने तजिबा करो ना, पहले उन्होंने तजिबा करो फिर वो वाले पिछे भजो, करो उन्होंने बेचारे जरा फांसी का पंदा बना के उन्होंने जरा गाला कटी जाते हो जो घर रखे हुए उन्होंने खत्म करो। सही वो वाले वाला ही लाया जिसका थोड़ा उन्हें यकीन है उही लाया, एको ही लाया सौ छे महीनों के शराधी दो चार जोड़े ला लो पहले ही डर जी साजी उ गल शुरू करो एक जोड़ा ले लो उन्हें जरा अपना चार पांच जोड़े बच्चे शराती लगा लो छे महीनों उन्हें घर भी पच्ची तीह कबूतर हो जाए थोड़ा आसान कबूतरबाजी सैट एको जोड़े काम बन जाएगा सब तो अच्छा पैगाम है। वाह जी वाह, लो जी दोस्तों उम्मीद करना अज की वीडियो अज का इंटरव्यू तुम पसंद आएगा।